ਹਾਂਜੀ ਸਵਾਗਤ ਹੈ ਤੁਹਾਡਾ ਖਤਰਾ ਐਲਐਸਆਈ ਕੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਵੀਡੀਓ ਵੀ ਇਸ ਤਰ੍ਹਾਂ ਦੀ ਹੈ ਜੀ ਪਹਿਲਾ ਤਾਵਾ ਤੁਸੀਂ ਥੰਬਨੇਲ ਚ ਦੇਖ ਹੀ ਲਿਆ ਹੋਊ ਕਿ ਇੱਕ ਮਧੂਮੱਖੀ ਨੂੰ ਅੱਧਾ ਕਿਲੋ ਸ਼ਹਿਦ ਬਣਾਉਣ ਲਈ ਲਗਭਗ ਲਗਭਗ 20 20 ਲੱਖ ਜਿਹੜੇ ਫੁੱਲਾਂ ਦੀ ਲੋੜ ਪੈਂਦੀ ਹੈ ਅੰਦਾਜ਼ਾ ਇਹ ਅੰਦਾਜ਼ਨ 20 ਲੱਖ ਫੁੱਲਾਂ ਦੀ ਲੋੜ ਪੈਂਦੀ ਹੈ ਅੱਧਾ ਕਿਲੋ ਸ਼ਹਿਦ ਲਈ ਤੇ ਇਹ ਬਹੁਤ ਆਪਾਂ ਕਹਿ ਦਿੰਨੇ ਇੱਕ ਤੇ ਬਹੁਤ ਹੈਰਾਨੀਜਨਕ ਤੱਥ ਹੈ ਹੋਰ ਵੀ ਇਸ ਤਾਣੂ ਵੀਡੀਓ ਦੇ ਵਿੱਚ ਦੱਸਾਂਗੇ ਜਿਵੇਂ ਕਿ ਜਿਹੜੇ ਕੁੱਤੇ ਹੈਗੇ ਜੇਕਰ ਉਹ ਚਾਕਲੇਟ ਖਾ ਲੈਣ ਤਾਂ ਉਹਨਾਂ ਦੀ ਮੌਤ ਹੋ ਸਕਦੀ ਹੈ ਚਾਕਲੇਟ ਨਾਲ ਜਿਹੜੇ ਕੁੱਤੇ ਮਰ ਸਕਦੇ ਕਿਉਂਕਿ ਇਹਦੇ ਵਿੱਚ ਐਬਰੋਮਾਈਨ ਹੁੰਦਾ ਹੈ ਜਿਹੜਾ ਕਿ ਇਹਨਾਂ ਦੇ ਦਿਲ ਤੇ ਨਰਵਸ ਸਿਸਟਮ ਨੂੰ ਦਿਲ ਤੇ ਨਰਵਸ ਸਿਸਟਮ ਨੂੰ ਅਫੈਕਟ ਕਰਦਾ ਹੈ ਜਿਸ ਦੇ ਨਾਲ ਕੁੱਤੇ ਦੀ ਜਿਹੜੀ ਮੌਤ ਹੋ ਸਕਦੀ ਹੈ ਚਾਕਲੇਟ ਖਾਣ ਨਾਲ ਕਿਉਂਕਿ ਇਹਦੇ ਵਿੱਚ ਬ੍ਰੋਮਾਈਨ ਹੁੰਦਾ ਜਿਹੜਾ ਇਹਦੇ ਨਰਵਸ ਸਿਸਟਮ ਤੇ ਦਿਲ ਨੂੰ ਉਹ ਕਰਦਾ ਤਾਂ ਜਿਹੜੇ ਵੀ ਰ ਵੀ ਕੁੱਤੇ ਪਾਲਦੇ ਆ ਤਾਂ ਹੋ ਸਕੇ ਤਾਂ ਚਾਕਲੇਟ ਕੁੱਤੇ ਨੂੰ ਨਾ ਦਿਓ ਬਹੁਤ ਸਾਰੇ ਵੀ ਰ ਆ ਜਿਹੜੇ ਖਵਾ ਦਿੰਦੇ ਆ ਆਮ ਹੀ ਆਪ ਜਿਹੜੀਆਂ ਚੀਜ਼ਾਂ ਆਪ ਵੀ ਖਾਣੇ ਆ ਕੁੱਤੇ ਨੂੰ ਵੀ ਖਵਾ ਦਿੰਦੇ ਹਾਂਜੀ ਤਾਂ ਅਗਲਾ ਫੈਕਟ ਹੈ ਡੋਲਫਿਨ ਮੱਛੀ ਲਈ ਡੋਲਫਿਨ ਮੱਛੀ ਹੈ ਜਿਹੜੀ ਇੱਕੋ ਸਮੇਂ ਤੇ ਤੈਰ ਸਕਦੀ ਹੈ ਤੇ ਉਦੋਂ ਸੌ ਵੀ ਸਕਦੀ ਹੈ ਇਹ ਮੱਛੀ ਆ ਜਿਹੜੀ ਇੱਕ ਅੱਖ ਬੰਦ ਕਰਕੇ ਸੌ ਸਕਦੀ ਹੈ ਉਸੇ ਸਮੇਂ ਤੇ ਜਦੋਂ ਕਿ ਦੂਜੀ ਅੱਖੇ ਦੀ ਖੁੱਲੀ ਹੁੰਦੀ ਹੈ ਤੇ ਉਹਦੇ ਨਾਲ ਤੈਰਦੀ ਰਹਿੰਦੀ ਹੈਗੀ ਤੇ ਇੱਕ ਅੱਖੇ ਬੰਦ ਕਰ ਲੈਂਦੀ ਹੈ ਤੇ ਸੌ ਜਾਂਦੀ ਹੈ ਤਾਂ ਇੱਕੋ ਟਾਈਮ ਤੇ ਦੋਨੇ ਚੀਜ਼ਾਂ ਕਰ ਸਕਦੀ ਹੈ ਇਹ ਬਹੁਤ ਮੰਨ ਲਓ ਵੀ ਸਭ ਤੋਂ ਹਿਆਰ ਆ ਜਿਹੜਾ ਹੁਣ ਤੱਕ ਦਾ ਮੰਨਿਆ ਗਿਆ ਹੈਗਾ ਜਿਹੜੀ ਮੱਛੀ ਹੈਗੀ ਸਭ ਤੋਂ ਹਿਆਰ ਇਹ ਮੰਨੀ ਜਾਂਦੀ ਹੈਗੀ ਬਹੁਤ ਜ਼ਿਆਦਾ ਚਲਾਕ ਹੁੰਦੀ ਹੈ ਅਗਲਾ ਫੈਕਟ ਹੈ ਜੀ ਤੱਤੇ ਪਾਣੀ ਦੀ ਜਿਹੜੀ ਬਰਫ਼ ਹੈ ਆਮ ਪਾਣੀ ਨਾਲੋਂ ਜਿਹੜਾ ਨਾਰਮਲ ਪਾਣੀ ਹੁੰਦਾ ਠੰਡਾ ਆਪਣਾ ਫ੍ਰਿਜ ਤੋਂ ਬਾਹਰ ਉਹ ਪਾਣੀ ਨਾਲੋਂ ਤੱਤੇ ਪਾਣੀ ਦੀ ਬਰਫ਼ ਹੈ ਜਿਹੜੀ ਛੇਤੀ ਜੰਮਦੀ ਹੈ ਇਹ ਵੀ ਇੱਕ ਫੈਕਟ ਹੈ ਤਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਕਰੋ ਤੁਹਾਡਾ ਕੋਈ ਸੁਝਾਅ ਹੈਗਾ ਜਾਂ ਕੋਈ ਵੀ ਤੁਹਾਡੀ ਰਾਏ ਹੈ ਉਹ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਸਬਸਕ੍ਰਾਈਬ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਵੀਡੀਓ ਹੋਰ ਵੀ 500 ਪਲੱਸ ਵੀਡੀਓਜ਼ ਨੇ ਸਾਡੇ ਚੈਨਲ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਧੰਨਵਾਦ